तुम देख रहे हो एकता लहर न्यूज़। पंजाब भर के हड़ां ने मार मारी हुई आ, सुल्तानपुर इलाका होवे जां मानसा इलाका होवे, जगह जगह हड़ आए हुए आ। हड़ पीड़ितों लई हर कोई नौजवान होवे, जिहड़ा नौजवान आ जां कोई समाजिक संस्थावां आ, हर तरह की मदद उत्थे पहुँचा रहे ने, क्योंकि बहुत सारे पिंड आ जिहड़े हड़ की मार दे विच आए हुए ने, बहुत सारे लोग जिहड़े आ घरां दीआं छत्तां ते बैठे ने। इस श्रृंखला दे विच डॉक्टर ओबराए जिहड़े एक प्रसिद्ध समाज सेवक ने, उन्हां वल्लों एक बीड़ा चक्किया गया वा। उन्होंने बहुत सारा समान जिहड़ा पीण वाला पाणी आ, दवाइयां आ, खाण पीण दा समान आ, अते होर भी बहुत सारा जिहड़ा समान वरतों वाला समान आ, इन्हां पिंडां दे विच भेजिया वा, लोहियां इलाके दे विच भेजिया जां होर भी जिथे जिथे हड़ आए ने उत्थे इह समान भेजिया वा। आओ तुहानूं वी दिखाने आ इस दीआं चंद तस्वीरां। वाहगुरु जी का खालसा, वाहगुरु जी की फतेह। मैं बलवीर सिंह साबका सरपंच पिंड मुंडी कालू तो, साडे बराए साहब हुणां ने चार की सेवा की आ, बहुत बहुत उन्हां दा मैं धन्नवादी हाँ भी वेखो साडी औखी घड़ी दे उत्ते आण के उन्हां बाह फड़ी आ, ते असीं इन्हां दा शुक्र गुजार हाँ। वाहगुरु जी का खालसा, वाहगुरु जी की फतेह। बलजिंदर कौर मेरा नाम, बलजिंदर कौर नाम मेरा, पिंड मंडाला फुलां डेरा जी। हाँ जी, ਅਸੀਂ ਮੁਸ਼ਕਿਲ ਘੜੀ 'ਚ ਫਸੇ ਹੋਏ ਹਾਂ ਜੀ। ਹੜ੍ਹ ਦੇ ਡੁੱਬੇ, ਘਰ ਸਾਡੇ ਸਾਰੇ ਡੁੱਬੇ ਹੋਏ ਆ ਜੀ, ਘਰੇ ਵੀ ਗਾਰਾ ਹੈਗਾ। ਠੀਕ ਹੈ, ਹਾਂਜੀ। ਤੇ ਤੁਹਾਨੂੰ ਪਸ਼ੂਆਂ ਵਾਸਤੇ ਚਾਰ ਮਿਲਿਆ ਦੱਸੋ। ਹਾਂਜੀ, ਪਸ਼ੂਆਂ ਵਾਸਤੇ ਚਾਰ ਮਿਲਿਆ। ਬਰਾਏ ਸਾਹਿਬ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਕੁਛ ਦਿਨਾਂ ਤੋਂ ਪੰਜਾਬ ਜਿਹੜਾ ਹੈ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ। ਤਰਨ ਤਾਰਨ ਫਿਰੋਜ਼ਪੁਰ ਜਲੰਧਰ ਦੇ ਜਿਹੜੇ ਪਿੰਡ ਹੈ ਉਹ ਜਿੰਨਾ ਝੋਨਾ ਸੀ ਉਹ ਸਾਰੀ ਫਸਲ ਖਰਾਬ ਹੋ ਚੁੱਕੀ ਹੈ ਵੱਡੇ ਪੱਧਰ 'ਤੇ। ਸੋ ਤਰਨ ਤਾਰਨ ਜ਼ਿਲ੍ਹੇ 'ਚ ਪਿਛਲੇ ਦਿਨੀ ਸਰਦਾਰ ਐਸ ਪੀ ਸਿੰਘ ਬਰਾਈ ਜੀ ਵੱਲੋਂ ਫੀਡ ਵੰਡੀ ਗਈ ਸੀ ਪਸ਼ੂਆਂ ਦੀ, ਜਿਸ ਨਾਲ ਕਿ ਕਿਸਾਨਾਂ ਨੂੰ, ਪਸ਼ੂ ਪਾਲਕਾਂ ਨੂੰ ਕਾਫੀ ਰਾਹਤ ਮਿਲੀ ਸੀ। ਸੋ ਜਲੰਧਰ ਜ਼ਿਲ੍ਹੇ ਦੇ ਜਿਹੜੇ ਕਈ ਪਿੰਡ ਸੀ ਉਹ ਪਾਣੀ ਦੀ ਮਾਰ ਹੇਠ ਸੀ। ਸੋ ਅੱਜ ਸਰਦਾਰ ਐਸ ਪੀ ਸਿੰਘ ਬਰਾਈ ਜੀ ਵੱਲੋਂ ਜਲੰਧਰ ਦੇ ਪਿੰਡਾਂ ਲਈ 330 ਕੁਇੰਟਲ ਪਸ਼ੂਆਂ ਦੀ ਖੁਰਾਕ ਅਤੇ 100 ਪੈਕਟ ਜਿਹੜਾ ਸੀ ਰਾਸ਼ਨ ਉਹ ਭੇਜਿਆ ਗਿਆ ਸੀ। ਅੱਜ ਜਲੰਧਰ ਦੇ ਪਿੰਡਾਂ 'ਚ ਜਾ ਕੇ ਵੱਖ ਵੱਖ ਪਿੰਡਾਂ 'ਚ ਜਾ ਕੇ ਜਿਹੜੀ ਰਸਦ ਹੈ ਅਤੇ ਪਸ਼ੂਆਂ ਦੀ ਫੀਡ ਹੈ ਉਹਨਾਂ ਨੂੰ ਤਕਸੀਮ ਕੀਤੀ ਗਈ ਹੈ ਅਤੇ ਲੋਕਾਂ ਨੂੰ ਜੋ ਰਾਹਤ ਮਹਿਸੂਸ ਕੀਤੀ ਹੈ। ਪਰ ਵੱਡੇ ਪੱਧਰ 'ਤੇ ਜਿਹੜਾ ਜਲੰਧਰ ਦੇ ਜਿਹੜੇ ਪਿੰਡ ਹੈ ਉਹ ਇਹਦੀ ਪਾਣੀ ਦੀ ਮਾਰ ਹੇਠ ਆਏ ਨੇ। ਸੋ ਕੁਦਰਤ ਅੱਗੇ ਇਹੋ ਦੁਆ ਹੈ ਕਿ ਹਾਲਾਤ ਮਾਲਕ ਪੰਜਾਬ 'ਚ ਮਿਲ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨਵਾਦ ਆਪਣੇ ਭਰਾਵਾਂ ਦਾ ਜਿਹੜੇ ਸੇਵਾ ਕਰ ਰਹੇ ਆ ਅਤੇ ਸਾਡੀ ਮਦਦ ਦੇ ਰਹੇ ਆ, ਬਹੁਤ ਵਧੀਆ ਕਰ ਰਿਹਾ। ਡੰਗਰ ਭੁੱਖੇ ਬੈਠੇ ਆ, ਮਾਲ ਬਹੁਤ ਦਿੱਤੀ ਜਾਂਦੇ ਆ।